ਅੱਜ ਇੱਕ ਹੈਰਾਨੀਜਨਕ ਪ੍ਰੋਗਰਾਮ ਦਿਖਾ ਰਹੇ ਹਾਂ। ਹੈਰਾਨੀਜਨਕ? ਮੇਰੇ ਕਹਿਣ ਦਾ ਮਤਲਬ ਵੀ ਉਹ ਆਪਣੇ ਟੈਲੀਵਿਜ਼ਨ ਸੈੱਟ ਦੇ ਮੂਹਰੇ ਬੈਠ ਕੇ ਅੱਖਾਂ ਮੀਚ ਕੇ ਇਸ ਪ੍ਰੋਗਰਾਮ ਦਾ ਬਾਖੂਬੀ ਆਨੰਦ ਮਾਣ ਸਕਦੇ। ਭੱਲਾ ਜੀ, ਤੁਸੀਂ ਕੀ ਘੁੰਮਣ ਘੇਰੀਆਂ ਪਾਣੀ ਸ਼ੁਰੂ ਕਰ ਦਿੰਦੇ ਹੋ? ਸਿੱਧੀ ਸਿੱਧੀ ਗੱਲ ਕਰੋ, ਕਿਹੜਾ ਪ੍ਰੋਗਰਾਮ ਅੱਖਾਂ ਮੀਟ ਕੇ ਵੇਖ ਸਕਦਾ ਬੰਦਾ? ਯਾਰ, ਤੁਸੀਂ ਮੈਨੂੰ ਮੂਰਖ ਸਮਝਿਆ? ਮੈਂ ਜਿਹੜੀ ਗੱਲ ਤੁਹਾਨੂੰ ਸਮਝਾ ਰਿਹਾ, ਮੇਰੇ ਕਹਿਣ ਦਾ ਵਾ ਦਰਸ਼ਕ ਅੱਖਾਂ ਮੀਟ ਕੇ ਇਹ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ। ਇਹ ਕਿਹੜਾ ਪ੍ਰੋਗਰਾਮ ਐਸਾ ਹੈ? ਨਹੀਂ ਸਮਝੇ? ਨਹੀਂ, ਥੋੜਾ ਪਿੱਛੇ ਜਾਓ। ਅੱਛਾ, ਪਿੱਛੇ? ਓਏ ਓਏ, ਮੈਂ ਸਟੇਜ ਪਿੱਛੇ ਨਹੀਂ ਕਿਹਾ। ਕਿੱਥੇ? ਮੇਰਾ ਮਤਲਬ ਕੁਝ ਸਾਲ ਪਿੱਛੇ ਜਾਓ। 10 ਸਾਲ? ਥੋੜਾ ਹੋਰ ਪਿੱਛੇ ਜਾਓ। 20 ਸਾਲ? ਥੋੜਾ ਨੀਲੂ ਜੀ ਹੋਰ ਪਿੱਛੇ ਜਾਓ। ਭੱਲਾ ਸਾਹਿਬ, ਮੈਂ ਇਸ ਤੋਂ ਪਿੱਛੇ ਨਹੀਂ ਜਾ ਸਕਦੀ। ਇਸ ਤੋਂ ਪਿੱਛੇ ਨਹੀਂ ਜਾ ਸਕਦੀ? ਕਿਉਂ? ਮੈਨੂੰ ਦੁਨੀਆ 'ਚ 20 ਸਾਲ ਹੋਏ। ਚਲੋ ਸ਼ਰਮਾ ਜੀ, ਫਿਰ ਤੁਸੀਂ ਚੱਲੋ ਮਾੜਾ ਪਿੱਛੇ। ਮੈਂ ਵੀ ਵੱਧ ਤੋਂ ਵੱਧ ਜੀ 30 ਸਾਲ ਹੋ ਸਕਦਾ ਪਿੱਛੇ ਬਸ। ਚਲੋ 5-7 ਮੈਂ ਚਲੇ ਜਾਂਦਾ, ਯਾਨੀ ਕਿ ਪਹੁੰਚ ਗਏ ਆਪਾਂ ਪਾਰਟੀਸ਼ਨ ਤੇ, ਆਜ਼ਾਦੀ ਵੇਲੇ 'ਚ। ਆਜ਼ਾਦੀ ਵੇਲੇ, ਉੱਥੋਂ 1 ਸਾਲ ਉੱਪਰ ਨੂੰ ਆ ਜਾਓ, ਸੰਨ 1948। ਹਾਂ, ਹੁਣ ਇਸ ਵੇਲੇ ਸ਼ਾਮ ਦੇ ਠੀਕ 6:30 ਵਜੇ ਆ। ਤੇ 6:30 ਪਤਾ ਕੀ ਹੁੰਦਾ ਸੀ? ਠੰਡੂ ਨਾਮ ਜੀ ਲੰਘਾਓ। ਡੂਮਣਾ ਲੜ ਗਿਆ। ਡੂਮਣਾ ਲੜ ਗਿਆ? ਹਾਂਜੀ। ਉਹ ਕਿਸ ਤਰ੍ਹਾਂ? ਕਿੱਦਾਂ? ਉਹਦੇ ਘਰ ਦੇ ਵਿਹੜੇ ਦੇ ਵਿੱਚ ਨਾ ਇੱਕ ਬੂਟਾ ਨਿੰਮ ਦਾ, ਉਹਨੂੰ ਲੱਗਾ ਸੀ ਐਡਾ ਸਾਰਾ ਆਪਣਾ ਛੱਤਾ। ਅੱਛਾ, ਉਹ ਭਾਈ ਦਿਲ ਚ ਆ ਗਿਆ ਲਾਲਚ, ਪਿਆਜ ਨੂੰ ਸ਼ਹਿਦ ਨੂੰ ਮੈਂ ਲਾ ਲਵਾਂ। ਉਹ ਉੱਪਰ ਗਿਆ ਚੜ, ਜਿਲੇ ਉੱਪਰ ਜਾ ਕੇ ਲੱਗਾ ਹੱਥ ਪਾਉਣ, ਡੂਣਾ ਪੈ ਗਿਆ। ਓਹੋ, ਪਰ ਮੈਂ ਤੇ ਸੁਣਿਆ ਤੁਸੀਂ ਮਸ਼ਗੂਲਾ ਕਰ ਰਹੇ ਹੋ। ਕਿਉਂ? ਉਹ ਤੇ ਠੀਕ ਠਾਕ ਨੇ। ਠੀਕ ਠਾਕ ਆ? ਆਹੋ, ਮੈਨੂੰ ਪਤਾ ਲੱਗਿਆ ਵੀ ਬਿਲਕੁਲ ਠੀਕ ਠਾਕ ਨੇ। ਠੀਕ ਠਾਕ ਆ? ਆਹੋ, ਅੱਜ ਨਹੀਂ ਲੜਿਆ? ਨਹੀਂ। ਬਿਲਕੁਲ ਰਾਜੀ ਬਾਜੀ, ਮੇਰਾ ਰੱਬ ਦੀ ਬੜੀ ਵੱਡੀ ਉਮਰ। ਜੈ ਹਿੰਦ। ਇਹ ਕੀ ਕਹਿੰਦਾ? ਇਹ ਆਂਦੇ ਨੇ ਕਿ ਭਾਈ ਰਣ ਡੂਮਣਾ ਲੜ ਗਿਆ। ਲਾ ਕਮਾਲ ਕਰਦੇ ਨੇ, ਕੰਮ ਹੀ ਇਹੀ ਆ। ਕਿਉਂ? ਜਦ ਮੇਰਾ ਡੰਗ ਸਹਿ ਸਕਦਾ ਤੇ ਡੂਮਣਾ ਮੇਰਾ ਕੀ ਵਿਗਾੜ ਸਕਦਾ। ਮੈਂ ਇਹ ਦੱਸੋ ਵੀ ਤੁਸੀਂ ਦੋਵੇਂ ਅੱਗੜ ਪਿੱਛੜ ਆਏ ਹੋ, ਕੀ ਗੱਲ ਹੈ, ਕਿੱਥੇ ਚਲੇ ਗਏ ਸੋ? ਉਹ ਤੁਹਾਨੂੰ ਪਤਾ ਮੁਨਸ਼ੀ ਜੀ, ਭਾਈ ਕਿਸਾਨ ਨੂੰ ਖੇਤੀ ਤੋਂ ਇਲਾਵਾ ਕੁਝ ਸਹਾਇਕ ਧੰਦਾ ਵੀ ਕਰਨਾ ਚਾਹੀਦਾ। ਠੀਕ ਹੈ, ਕਰਨਾ ਚਾਹੀਦਾ। ਤੇ ਮੈਂ ਨਾ ਸਾਈਕਲ ਤੇ ਸ਼ਹਿਰ ਚਲਾ ਗਿਆ ਆਂਡੇ ਵੇਚਣ। ਆਪਣੇ ਕਿ ਕਿਸੇ ਦੇ? ਓਏ ਆਪਣੇ, ਮੈਂ ਵੇਚਣ ਚਲਾ ਗਿਆ। ਅੱਛਾ, ਉੱਥੇ ਪੁਲਿਸ ਨੇ ਮੈਨੂੰ ਘੇਰ ਲਿਆ, ਕਹਿੰਦੇ ਚਲਾਨ ਲਿਖਾ। ਕਾਹਦਾ? ਲੋ, ਕਹਿੰਦੇ ਚਲਾਨ ਲਿਖਾ ਦੋਹਰੀ ਸਵਾਰੀ ਦਾ, ਡਬਲ ਰਾਈਡਿੰਗ ਦਾ। ਪਰ ਉਹ ਕਿਉਂ? ਹੈ, ਦੂਜੀ ਸਵਾਰੀ ਕੌਣ ਸੀ? ਪਿੱਛੇ ਕੁਕੜੀ ਬੈਠੀ ਸੀ, ਕੁਕੜੀ ਦਾ ਹੀ ਚਲਾਨ। ਭੱਲਾ ਜੀ ਆ ਰਹੇ ਨੇ, ਸ਼ਰਮਾ ਜੀ ਤੇ ਨੀਲੂ ਜੀ। ਜੀ ਸਦਕੇ ਆਇਆ ਜੀ, ਆਓ ਨੀਲੂ ਜੀ। ਮੈਂ ਗਿਆ, ਭੱਲਾ ਚੰਗਾ ਕੀਤਾ। ਦੇਖੋ ਜੀ, ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਦਰਸ਼ਕ ਕਿੰਨੇ ਸਾਲ ਪੁਰਾਣਾ ਅਧਿਆਤੀ ਪ੍ਰੋਗਰਾਮ ਦਾ ਇਸ ਵੇਲੇ ਆਨੰਦ ਮਾਣ ਰਹੇ ਨੇ। ਮੈਨੂੰ ਤੇ ਇਸ ਗੱਲ ਦੀ ਖੁਸ਼ੀ ਹੈ ਕਿ ਭੱਲਾ ਆ ਗਿਆ, ਬੜੀ ਮੁੱਦਤ ਹੋਈ ਹੈ ਭੱਲਾ ਖਾਧੇ ਆਵੇ।
ਮੈਨੂੰ ਦੇਖ ਕੇ ਨਾ ਲੋਕਾਂ ਨੂੰ ਮੂੰਹ ਚ ਪਾਣੀ ਆ ਜਾਂਦਾ ਇਹ ਗੱਲ ਆ ਨਾਲ ਪਕੌੜੀਆਂ ਵੀ ਆ ਗਈਆਂ ਭਾਈਆ ਜੀ ਗੱਲ ਇਹ ਆ ਕਿ ਸਾਡੇ ਦਰਸ਼ਕ ਅੱਜ ਬੜੇ ਹੀ ਖੁਸ਼ੀ ਵਾਲੇ ਤੇ ਭਾਗਾਂ ਵਾਲੇ ਮਹਿਸੂਸ ਕਰ ਰਹੇ ਆ ਕਿਉਂਕਿ ਤੁਹਾਡੀ ਆਵਾਜ਼ ਤਾਂ ਇਹਨਾਂ ਦੇ ਕੰਨਾਂ 'ਚ ਬਹੁਤ ਵੇਰਾ ਪਹੁੰਚੀ ਸੀ ਪਰ ਉਸਦੇ ਰੂਬਰੂ ਤੁਸੀਂ ਅੱਜ ਪਹਿਲੀ ਵਾਰੀ ਹੋਏ ਆ ਕੁਛ ਤੁਹਾਡੀ ਜ਼ਿੰਦਗੀ ਬਾਰੇ ਕੁਛ ਤੁਹਾਡੀਆਂ ਪ੍ਰਾਪਤੀਆਂ ਬਾਰੇ ਗੱਲਬਾਤ ਕਰ ਲਈ ਹਾਂ ਜ਼ਰੂਰ ਜੀ ਜ਼ਰੂਰ ਦੱਸ ਦਾ ਬਿਲਕੁਲ ਜੀ ਬਿਲਕੁਲ ਸ਼ਰਮਾ ਜੀ ਹਾਂਜੀ ਇਹ ਜਿਹੜਾ ਤੁਸੀਂ ਜੱਟ ਦਾ ਰੋਲ ਕਰਦੇ ਰਹੇ ਹੋ ਹਾਂਜੀ ਇਸ ਵੇਲੇ ਤਾਂ ਸ਼ਰਮਾ ਜੀ ਹੋ ਉਹਦੀ ਕੋਈ ਆਵਾਜ਼ ਸਾਡੇ ਦਰਸ਼ਕਾਂ ਨੂੰ ਸੁਣਾ ਸਕਦੇ ਹੋ ਵੀ ਕਿਸ ਤਰ੍ਹਾਂ ਦੀ ਬੋਲੀ ਸੀ ਉਹਦੀ ਗੱਲ ਜੀ ਕਿ ਲੰਬਾ ਅਰਸਾ ਹੋ ਗਿਆ ਮੈਂ ਕੋਸ਼ਿਸ਼ ਕਰਨਾ ਵਾਂ ਉਹ ਇਸ ਤਰ੍ਹਾਂ ਸੀ ਕਿ ਚੌਧਰੀ ਜੀ ਆਓ ਜੀ ਆਓ ਉਹਨਾਂ ਕਹਿਣਾ ਤੇ ਚੌਧਰੀ ਜੀ ਮੈਨੂੰ ਕੁਝ ਅਵੇਅਰ ਹੋ ਗਈ ਏ ਬਈ ਗੱਲ ਇਹ ਹੈ ਕਿ ਮੈਂ ਆਪਣਾ ਨਾ ਘਰ ਬੈਠਾ ਹਾਂ ਤੇ ਮਹਿਮਾਨ ਆ ਗਿਆ ਮਹਿਮਾਨ ਆ ਗਿਆ ਤੇ ਜੋ ਰੱਦਾ ਪੱਕਾ ਸੀ ਸਭ ਖਾ ਗਿਆ ਅੱਛਾ ਉਧਰੋਂ ਮੇਰਾ ਕਾਕਾ ਕਹਿ ਬਾਪੂ ਰੋਟੀ ਭੁੱਖ ਲੱਗੀ ਏ ਰੋਈ ਜਾ ਬਾਪੂ ਰੋਟੀ ਦੇ ਭੁੱਖ ਲੱਗੀ ਏ ਉਹ ਰੱਦਾ ਪੱਕਾ ਸਾਰਾ ਖਾ ਗਿਆ ਮੈਂ ਆਖਿਆ ਪੁੱਤ ਕੱਲਾ ਕਿਉਂ ਰੋਣ ਡਿਆ ਮਹਿਮਾਨ ਜਾ ਲੈਣਗੇ ਸਾਰੇ ਮਿਲ ਕੇ ਰੋਵਾਂਗੇ ਭੱਲਾ ਸਾਹਿਬ ਆਪਾਂ ਲਾਹਾ ਲਈਏ ਕੋਈ ਇਹਨਾਂ ਦਾ ਆਇਆ ਦਾ ਦੇਖੋ ਜੀ ਲਾਹਾ ਤਾਂ ਹੁਣ ਪੂਰਾ ਲਵਾਂਗੇ ਜਦ ਆਪਾਂ ਇਹਨਾਂ ਨੂੰ ਬੁਲਾਇਆ ਤੇ ਇੱਕ ਵਾਰੀ ਭੱਲਾ ਸਾਹਿਬ ਲਾਹਾ ਲੈਣ ਤੋਂ ਪਹਿਲਾਂ ਭਾਈਆ ਜੀ ਦੀ ਜਿਹੜੀ ਕੁਆਲੀਫਿਕੇਸ਼ਨ ਆ ਇਹ ਕਿੰਨਾ ਕੁ ਪੜ੍ਹੇ ਆ ਇਹਦੇ ਬਾਰੇ ਸਵਾਲ ਕਰ ਲਈਏ ਜ਼ਰੂਰ ਇਹਦੇ ਬਾਰੇ ਤਾਂ ਪੜ੍ਹਾਈ ਪੁੱਛਣੀ ਆ ਹਾਂ ਬੜੇ ਪੜ੍ਹੇ ਆ ਜੀ ਕਿੰਨਾ ਕੁ ਬੜੇ ਕਿੰਨੀਆਂ ਜਮਾਤਾਂ ਸਹੀ ਭਾਈਆ ਜੀ ਕਿੰਨੀਆਂ ਮੈਂ ਤੇ ਠੰਡੂ ਰਾਮ 10 ਜਮਾਤਾਂ ਪਾਸ ਆ 10 ਜਮਾਤਾਂ ਅਲੱਗ-ਅਲੱਗ ਬਸ ਦੋਨੋਂ 10 ਜਮਾਤਾਂ ਪਾਸ ਉਹ ਕਿਵੇਂ ਇਹ 6 ਮੈਂ ਪਾਸ 4 ਇਹ ਪਾਸ ਆਪੇ ਅੱਛਾ ਅੱਛਾ ਗੱਲ ਇਹ ਆ ਆਪਣੇ ਭਾਦਵਾ ਜੀ ਹਾਂਜੀ ਸਾਨੂੰ ਪਤਾ ਤੁਸੀਂ ਬਤੌਰ ਸਿੰਗਰ ਦਾਖਲ ਹੋਏ ਸੀ ਅਪਰੂਵਡ ਸਿੰਗਰ ਸੀ ਅਪਰੂਵਡ ਸਿੰਗਰ ਸੀ ਤੇ ਉਸ ਵੇਲੇ ਸਾਡੇ ਵੀ ਬਜ਼ੁਰਗ ਦੱਸਦੇ ਹੁੰਦੇ ਸੀ ਵੀ ਤੁਸੀਂ ਕੋਈ ਕਵਿਤ ਪੜ੍ਹਦੇ ਹੁੰਦੇ ਸੀਗੇ ਉਹ ਚਾਚਾ ਪੜ੍ਹਦਾ ਸੀ ਉਹ ਮਰ ਗਿਆ ਤੁਹਾਡਾ ਸਾਥੀ ਸੀ ਤੁਹਾਡਾ ਸਾਥੀ ਪਰ ਤੁਹਾਨੂੰ ਵੀ ਤਾਂ ਯਾਦ ਹੋਣਾ ਨਹੀਂ ਯਾਦ ਤਾਂ ਹੈ ਅਸੀਂ ਸਾਥ ਦੇਂਗੇ ਸਭ ਦਾ ਸਾਥ ਦਿੰਦੇ ਹਾਂ ਤੇ ਕਿਉਂ ਨਾ ਫਿਰ ਥੋੜਾ ਨਮੂਨਾ ਹੋ ਜਾਵੇ ਮੈਂ ਨਮੂਨਾ ਸੁਣਾ ਸਕਦਾ ਮੈਂ ਲਿਖ ਕੇ ਲਿਆਂਦੇ ਆ ਢੋਲਕੀ ਤਾਂ ਚਾਹੀਦੀ ਹੈ ਹਾਂ ਢੋਲਕੀ ਢੋਲਕੀ ਤਾਂ ਚਾਹੀਦੀ ਆ ਆ ਦੇਖਿਓ ਮੁੰਡੇ ਜਰਾ ਹਾਂ ਜੀ ਆ ਜਰਾ ਇੱਥੇ ਹੀ ਆਵਾਜ਼ ਆ ਜਾਏਗੀ ਮੈਂ ਕਹਿੰਦਾ ਚਲੋ ਜੀ ਚਲੋ ਠੀਕ ਅੱਛਾ ਅੱਛਾ ਇਹ ਲਓ ਜੀ ਇਹ ਕਵਿਤ ਉਸ ਜ਼ਮਾਨੇ ਦੀ ਲਿਖੇ ਹੋਇਆ ਜੀ ਇਹ ਕੋਈ ਗੱਲ ਨਹੀਂ ਜੀ ਹੈ ਜੀ ਤੇ ਕਹੋ ਤਾਂ ਸ਼ੁਰੂ ਕਰ ਦੂੰ ਕਵਿਤ ਹਾਂ ਲਿਖੇ ਵੀ ਉਰਦੂ ਹੋਇਆ ਹਾਂ ਲਿਆ ਹੋ ਜੀ ਉਸ ਜ਼ਮਾਨੇ ਦੀਆਂ ਗੱਲਾਂ ਨਾ ਕਰੋ ਸ਼ੁਰੂ ਉਹ ਬਈ ਕਿਲੀ ਉੱਤੇ ਸਾਫਾ ਕਦੇ ਟੰਗਣਾ ਨਹੀਂ ਚਾਹੀਦਾ ਉਹ ਕਿਲੀ ਉੱਤੇ ਸਾਫਾ ਕਦੇ ਟੰਗਣਾ ਨਹੀਂ ਚਾਹੀਦਾ ਸ਼ਾਹ ਤੋਂ ਉਧਾਰ ਕਦੇ ਮੰਗਣਾ ਨਹੀਂ ਚਾਹੀਦਾ ਭੁੱਖ ਲੱਗੇ ਮੰਗਣ ਤੋਂ ਛੰਗਣਾ ਨਹੀਂ ਚਾਹੀਦਾ ਸੱਚੀ ਗੱਲ ਪਿਆਰਿਆ ਵੇ ਸੱਚੀ ਗੱਲ ਪਿਆਰਿਆ ਸੱਚੀ ਗੱਲ ਪਿਆਰਿਆ ਵੇ ਸੱਚੀ ਗੱਲ ਪਿਆਰਿਆ ਸੱਚੀ ਗੱਲ ਪਿਆਰਿਆ ਵੇ ਸੱਚੀ ਗੱਲ ਪਿਆਰਿਆ ਉਹ ਬਈ ਸਾਰੇ ਘਰ ਜਾ ਕੇ ਸਾਰੇ ਘਰ ਜਾ ਕੇ ਖਰੂਦ ਨਹੀਂ ਹੋ ਪਾਈਦਾ ਸਾਰੇ ਘਰ ਜਾ ਕੇ ਖਰੂਦ ਨਹੀਂ ਹੋ ਪਾਈਦਾ ਚੰਦ ਰਾਹੀ ਨੂੰ ਐਵੇਂ ਨਹੀਂ ਬੁਲਾਈਦਾ ਹਰ ਵੇਲੇ ਅੰਬ ਦਾ ਅਚਾਰ ਨਹੀਂ ਹੋ ਪਾਈਦਾ ਸੱਚੀ ਗੱਲ ਪਿਆਰੀ ਆ ਬਈ ਸੱਚੀ ਗੱਲ ਪਿਆਰੀ ਸੱਚੀ ਗੱਲ ਪਿਆਰੀ ਆ ਬਈ ਸੱਚੀ ਗੱਲ ਪਿਆਰੀ ਆ ਸੱਚੀ ਗੱਲ ਪਿਆਰੀ ਆ ਬਈ ਸੱਚੀ ਗੱਲ ਪਿਆਰੀ ਆ ਸਮਾਂ ਵਾਲੀ ਡਾਂਗ ਨੂੰ ਉਲਾਰਨਾ ਨਹੀਂ ਚਾਹੀਦਾ ਸਮਾਂ ਵਾਲੀ ਡਾਂਗ ਨੂੰ ਉਲਾਰਨਾ ਨਹੀਂ ਚਾਹੀਦਾ ਕਦੀ ਮਾੜੇ ਠੱਗਿਆਂ ਨੂੰ ਮਾਰਨਾ ਨਹੀਂ ਚਾਹੀਦਾ ਡੰਗਰਾਂ ਨੂੰ ਪੈਲੀ ਵਿੱਚ ਵਾੜਨਾ ਨਹੀਂ ਚਾਹੀਦਾ ਸੱਚੀ ਗੱਲ ਪਿਆਰਿਆ ਵੇ ਸੱਚੀ ਗੱਲ ਪਿਆਰਿਆ ਸੱਚੀ ਗੱਲ ਪਿਆਰਿਆ ਵੇ ਸੱਚੀ ਗੱਲ ਪਿਆਰਿਆ ਸੱਚੀ ਗੱਲ ਪਿਆਰਿਆ ਵੇ ਸੱਚੀ ਗੱਲ ਪਿਆਰਿਆ ਘਰੋਂ ਵਿੱਚ ਬਹਿ ਕੇ ਬਈ ਘਰੋਂ ਵਿੱਚ ਬਹਿ ਕੇ ਮੰਦਾ ਬੋਲਣਾ ਨਹੀਂ ਚਾਹੀਦਾ ਦਿਲਾਂ ਵਾਲਾ ਭੇਦ ਕਦੀ ਖੋਲਣਾ ਨਹੀਂ ਚਾਹੀਦਾ ਨਿੱਕੀ ਜਿਹੀ ਗੱਲ ਪਿੱਛੇ ਖੋਲਣਾ ਨਹੀਂ ਚਾਹੀਦਾ ਸੱਚੀ ਗੱਲ ਪਿਆਰੇ ਆਵੇ ਸੱਚੀ ਗੱਲ ਪਿਆਰੇ ਆ ਸੱਚੀ ਗੱਲ ਪਿਆਰੇ
ਸੱਚੀ ਗੱਲ ਪਿਆਰੀਆ ਮੈਂ ਤੇਰੇ ਲਈ ਪਿਆਰੀਆ ਮੈਂ ਸੱਚੀ ਗੱਲ ਪਿਆਰੀਆ